ਯਕੀਨ ਕਰ ਦੀਦਾਰ ਮੁਲਤਾਨੀ ਨੇ ਤੇ ਮੇਰੇ ਬੂਟ ਲਵਾ ਕੇ ਜਰਾਬਾਂ ਨੂੰ ਵੀ ਹੱਥ ਲਾਏ ਨੇ ਕੀ ਹੋ ਗਿਆ ਮੈਂ ਕਿਹਾ ਮੈਂ ਮਾਫ ਨਹੀਂ ਕਰਨਾ ਬੰਦੇ ਦਾ ਪੁੱਤਰ ਹੈਗਾ ਇੱਕ ਵਾਰੀ ਨਾ ਹੋ ਗਈ ਲਾਨਤ ਪਾਓ ਤਾਲੀਆਂ ਮਾਰੀ ਜਾਣੀਆਂ ਮਹਿਕ ਮਲਿਕ ਦੇ ਉਹ ਸ਼ਾਟ ਤੋਂ ਬਾਅਦ ਕੀ ਹੋ ਗਿਆ ਜੀ ਫਰਕ ਕਰਾਤੀਆਂ ਨੇ ਹੈਪੀ ਹੋ ਗਿਆ ਮੈਂ ਲਾਈਫ 'ਚ ਅੱਛਾ ਮੇਰੀ ਗੱਲ ਸੁਣ ਥੋੜਾ ਜਿਹਾ ਥੋਲਾ ਰੱਖ ਤੇਰੀ ਮੇਰੀ ਉਹ ਯਾਰ ਐ ਲੈ ਇਸ ਤੋਂ ਹੋਲਾ ਠੀਕ ਹੈ ਮੈਡਮ ਖੁਸ਼ਬੂ ਹਾਂ ਮੈਡਮ ਯਾਰ ਉਹ ਤੇ ਮੋਸਟ ਸੀਨੀਅਰ ਨੇ ਨਾ ਉਹ ਕਿੰਨੀ ਵੱਡੀ ਸਟਾਰ ਹੈ ਇਸ ਟਾਈਮ ਕੀ ਬਾਤ ਹੈ ਪੂਰੇ ਵਰਲਡ ਦੀ ਸਟਾਰ ਹੈ ਪੂਰੇ ਵਰਲਡ ਪੂਰੀ ਦੁਨੀਆ ਉਹਦੇ ਪਿੱਛੇ ਹੈ ਹਾਂ ਮੈਂ ਵੀ ਉਹਦੇ ਪਿੱਛੇ ਸਾਂ ਤੂੰ ਉਹਨਾਂ ਦੇ ਪਿੱਛੇ ਤੇ ਕੌਣ ਨਹੀਂ ਹੈ ਮੈਂ ਵੀ ਪ੍ਰਪੋਜ਼ ਕੀਤਾ ਨਾ ਜਾ ਕੇ ਅੱਛਾ ਵੇ ਅਸਨ ਲੱਗਦਾ ਨਾ ਭੰਗ ਪੀਤੀ ਉਦੋਂ ਨੇ ਨਾ ਕਰਤੀ ਹਾਂ ਉਹ ਵੀ ਪਛਤਾ ਰਹੀ ਹੈ ਜ਼ਿੰਦਗੀ ਚ ਭਾਵੇਂ ਕੱਟ ਹੋ ਜਾਈਏ ਮੁੜ ਕੇ ਜਾ ਪਹਿਲਾਂ ਰਿਜੈਕਟ ਕਰਦੀਆਂ ਨੇ ਬਾਅਦ ਚੋ ਤਰਲੇ ਐਸੇ ਤਰਲੇ ਦਾ ਫਾਇਦਾ ਕੀ ਪਹਿਲੋਂ ਮੇਰੇ ਪੈਰਾਂ ਚ ਡਿੱਗਦੀਆਂ ਨਾ ਠੀਕ ਤੇ ਹੈਗਾ ਨਾ ਮੈਂ ਸ਼ੁਕਰ ਅਲਹਮਦੁਲਿਲਾ ਫਿੱਟ ਫਾਟ ਹੈਗਾ ਕਲਿੱਪ ਵਾਇਰਲ ਹੋਏ ਤੇ ਤੂੰ ਮੈਨੂੰ ਥੋੜਾ ਜਿਹਾ ਉਹ ਲੱਗਦਾ ਗੱਲਾਂ ਜੀਵ ਕਰ ਸਟਾਰ ਹੋ ਗਏ YouTube ਤੇ ਚੱਲ ਰਹੇ ਮਾਸ਼ਾਅੱਲਾ ਸਟਾਰ ਜਿਨ੍ਹਾਂ ਨੇ ਮੈਨੂੰ ਰਿਜੈਕਟ ਕੀਤਾ ਉਹ ਕਿੱਥੇ ਨੇ ਅੱਜ ਉਹ ਵੀ ਸਟਾਰਾਂ ਨੇ ਨਜ਼ਰ ਹੀ ਨਹੀਂ ਆ ਰਹੀਆਂ ਕਰਨੇ ਪਾ ਰਹੀਆਂ ਨੇ ਲੋਕਾਂ ਦੇ ਸਾਡਾ ਇੱਕ ਕਲਿੱਪ ਬਣਾ ਲਓ ਅਸੀਂ ਸਾਕੀ ਜਿੰਨਾ ਹਿੱਟ ਹੋਣਾ ਅੱਛਾ ਮੈਡਮ ਖੁਸ਼ਬੂ ਨੇ ਤੇ ਇੰਨਾ ਤਰਲਾ ਪਾਇਆ ਹੈ ਨਾ ਮੈਨੂੰ ਤਰਸਾਨ ਲੱਗ ਗਿਆ ਅੱਛਾ ਮੈਂ ਫੇਰ ਨਾ ਕਰਤੀ ਵੇ ਪਾਗਲ ਯਾਰ ਨੂੰ ਹੱਥ ਮਾਰ ਸੁਣ ਲਿਆ ਤੇ ਤਬਾਈ ਮਚਾ ਦੇਗੀ ਉਹ ਹੱਸ ਉੱਟ ਹੁਣ ਵੱਜ ਹੀ ਨਹੀਂ ਸਕਦੀ ਤਬਾਈ ਕਿਉਂ ਕਿਉਂਕਿ ਮੈਂ ਹੁਣ ਮੂੰਹ ਹੀ ਨਹੀਂ ਲਾਂਦਾ ਕਿਸੇ ਤੂੰ ਨਹੀਂ ਲਾਂਦਾ ਸਾਰੀਆਂ ਫਰਕ ਕਰਾਤੀਆਂ ਨੇ ਮੈਨੂੰ ਤਾਂ ਬਾਅਦ ਚੋਂ ਪਤਾ ਲੱਗਾ ਯਾਰ ਮੈਂ ਤਾਂ YouTube ਦਾ ਸਟਾਰ ਹੈਗਾ ਮੈਂ ਇਹਨਾਂ ਦੇ ਤਰਲੇ ਪਾਉਂਦੇ ਆ ਮੇਰੀ ਗੱਲ ਸੁਣ ਛੱਡ ਇਹਨਾਂ ਗੱਲਾਂ ਨੂੰ ਇਹਨਾਂ 'ਚ ਕੁਛ ਨਹੀਂ ਪਿਆ ਮੈਨੂੰ ਤਾਂ ਸਹੀ ਸਮਝ ਨਹੀਂ ਆ ਰਹੀ ਯਾਰ ਸ਼ੀਸ਼ਾ ਬੱਟ ਨਾ ਤੇਰਾ ਕਲਿੱਪ ਸੀ ਸਾਜਦ ਪਿਆਰਾ ਪਿੰਡੂ ਹੈਗਾ ਇਹਦਾ ਕਿਹੜਾ ਮਾਹੌਲ ਹੋਣਾ ਨਾ ਇਹਨੂੰ ਕੋਈ ਜਾਣਦਾ ਹੋਣਾ ਉਹ ਤਾਂ ਜਦੋਂ ਮੇਰੇ ਕਲਿੱਪ ਵਾਇਰਲ ਹੋਏ ਨੇ ਮੇਰੇ ਪੈਰਾਂ 'ਚ ਸ਼ੀਜ਼ਾ ਬੱਟ ਮੇਰੇ ਤਰਲੇ ਤੇਰੇ ਪੈਰਾਂ 'ਚ ਮੈਂ ਕਹਿੰਦਾ ਮੇਰੇ ਗੋਡੇ ਫੜੇ ਮੇਰੇ ਗੋਡੇ ਤੇ ਸੱਟ ਲੱਗੀ ਉਹ ਵੀ ਚੁੰਮੀ ਜਾਵੇ ਕਹਿੰਦੀ ਮੇਰੇ ਪਿਆਰ ਦੀ ਸ਼ਿਫਾ ਹੈ ਕਿਹਨੇ ਲਾਈ ਉਹਨੇ ਕਿਹਨੇ ਸ਼ੀਜ਼ਾ ਨੇ ਬੂਟ ਪਾਏ ਹਣ ਬੂਟ ਹਾਂ ਜੁੱਤੀ ਲਾਂਦੀ ਤੇ ਮਾਰਦੀ ਨਾ ਮੇਰੇ ਅੱਗੋਂ ਸ਼ਰਮ ਆ ਗਈ ਉਹਨੂੰ ਨਹੀਂ ਨਹੀਂ ਵੈਸੇ ਉਹਨੇ ਮਾਰੀਆਂ ਤੈਨੂੰ ਸਾਰੇ ਨੇ ਤੇਰੀ ਕੀਤੀ ਖੂਬ ਲੇਕਿਨ ਤੂੰ ਆ ਆਪੋਜ਼ਿਟ ਗੱਲਾਂ ਕਰ ਪਰ ਯਾਰ ਉਦੋਂ ਕੀਤੀ ਨਾ ਉਦੋਂ ਮੈਂ ਕੱਖ ਨਹੀਂ ਸਾਂ ਹੁੰਨਾ ਅੱਛਾ ਨਹੀਂ ਸ਼ੀਜ਼ਾ ਵਾਰੀ ਤਾੜੀਆਂ ਨਹੀਂ ਮਾਰਿਆ ਉਹਨੇ ਲੱਗਦਾ ਬਹੁਤ ਹੀ ਕੀਤੀ ਤੇਰੇ ਜਿਹੜੀ ਮੈਂ ਉਹਦੇ ਨਾਲ ਕੀਤੀ ਹਾਂ ਮੈਨੂੰ ਕਹਿੰਦੀ ਮੈਂ ਤੈਨੂੰ ਪ੍ਰਪੋਜ਼ ਕਰਾਂਗੀ ਮੇਰੇ ਨਾਲ ਵਿਆਹ ਕਰ ਲੈ ਮੇਰੇ ਨਾਲ ਲੌਂਗ ਡਰਾਈਵ ਤੇ ਚੱਲ ਲੌਂਗ ਡਰਾਈਵ ਮੈਂ ਉਹਦੇ ਨਾਲ ਕਾਲਾ ਸ਼ਾਹ ਕਾਕੂ ਲੌਂਗ ਡਰਾਈਵ ਤੇ ਗਿਆ ਮੈਂ ਕਿਹਾ ਬੱਚੀ ਹੈਗੀ ਦਿਲ ਰੱਖ ਲਾਂਗਾ ਕਾਲਾ ਸ਼ਾਹ ਕਾਕੂ ਪਹੁੰਚੇ ਆ ਮੈਂ ਗੱਡੀ ਮੰਗਾਈ ਵਾਪਸ ਆ ਗਿਆ ਉਹਦੀ ਗੱਡੀ ਦਾ ਟਾਇਰ ਪੈਂਚਰ ਸਾਰੀ ਰਾਤ ਉੱਤੇ ਖੱਜਲ ਹੋਈ ਕੋਈ ਤਾੜੀ ਵਾਲੀ ਗੱਲ ਹੈ ਪਾਗਲਾ ਸਾਰੀਆਂ ਫਾਰਕ ਕਰਾਤੀਆਂ ਨੇ ਉਹ ਸਾਰੀਆਂ ਫਾਰਕ ਤੂੰ ਆਪ ਕੀ ਹੈ ਪਾਗਲਾ ਯਾਰ ਜਾਣਦਾ ਹੀ ਕੋਈ ਨਹੀਂ ਮੈਂ YouTube ਦਾ ਸਟਾਰ ਹਾਂ ਡਰਾਮੇਬਾਜ਼ੀਆਂ ਚੈਨਲ ਚੁੱਕ ਕੇ ਵੇਖ ਤੈਨੂੰ ਪਤਾ ਲੱਗੇ ਸਾਕੀ ਖਾਨ ਦਾ ਮਾਹੌਲ ਕੀ ਇਸ ਤਰ੍ਹਾਂ ਨਹੀਂ ਕਹੀਦਾ ਸੀਨੀਅਰ ਹੈਗੇ ਨੇ ਉਹ ਛੱਡ ਦੇ ਇੱਕ ਤੇਰਾ ਸਭ ਤੋਂ ਅੱਛਾ ਕਲਿੱਪ ਜਿਹੜਾ ਮੈਨੂੰ ਪਸੰਦ ਆਇਆ ਉਹ ਕਿਹੜਾ ਸੀ ਆਫਰੀਨ ਫਰੀ ਵਾਲਾ ਹਾਂ ਹਾਂ ਉਹ ਜਿੱਦੇ ਚ ਮੈਨੂੰ ਕਹਿ ਰਹੀ ਸੀ ਤੂੰ ਫਜ਼ੂਲ ਆਦਮੀ ਹੈ ਤੂੰ ਤਾਂ ਸਹੀ ਕਹਿ ਰਹੀ ਸੀ ਨਾ ਹੈਗਾ ਤੇ ਤੂੰ ਫਜ਼ੂਲ ਹੈ ਉਹਨਾਂ ਦੀ ਮਿਹਰਬਾਨੀ ਤੇ ਨਾ ਕਲਿੱਪ ਬਣਾ ਲੈਂਦੀ ਉਦੋਂ ਕਹਿ ਰਹੀਆਂ ਸਨ ਸਿਆਸੀ ਬਿਆਨ ਸੀ ਹੁਣ ਤੇ ਵਿਚਾਰੀਆਂ ਸ਼ਰਮਾ ਗਈਆਂ ਨੇ ਸ਼ਰਮਿੰਦਾ ਹੋ ਰਹੀਆਂ ਨੇ ਵਿੱਚੋਂ ਤਰਲੇ ਪਵਾ ਰਹੀਆਂ ਨੇ ਕਦੀ ਕਿਦੇ ਕਦੀ ਕਿਦੇ ਕਿ ਕਰੀ ਸਾਕੀ ਖਾਨ ਨੂੰ ਕੋਈ ਸਾਨੂੰ ਪ੍ਰਪੋਜ਼ ਬਲਕਿ ਆਪ ਪ੍ਰਪੋਜ਼ ਕਰ ਰਹੀਆਂ ਨੇ ਮੈਂ ਕਿਹਾ ਫਾਰਗ ਹੋ ਤੁਸੀਂ ਸਾਰੀਆਂ ਮੂੰਹ ਮੱਥਾ ਹੀ ਨਹੀਂ ਸਭ ਤੋਂ ਮਜ਼ਾਰ ਲੱਗ ਰਹੀਆਂ ਨੇ ਵੇ ਤੂੰ ਕੁੱਪੀ ਤੇ ਨਹੀਂ ਪੀਤੀ ਕਿਉਂ ਪੁੱਠੀਆਂ ਗੱਲਾਂ ਕਰ ਜਨੂਨ ਹੈ ਸਟਾਰ ਪੰਦਾ ਠੀਕ ਹੈ ਲੇਕਿਨ ਆਪਣੇ ਤਾਂ ਜਿਹੜੇ ਵੱਡੀਆਂ ਸਟਾਰ ਆ ਉਹਨਾਂ ਦੀ ਇੱਜ਼ਤ ਕਰੀ ਉਹ ਮੈਨੂੰ ਤਾਂ ਪਤਾ ਹੀ ਬਾਅਦ ਚੋਂ ਲੱਗਾ ਮੈਂ ਹਿੱਟ ਆਦਮੀ ਮੈਂ ਵੀ ਉਹਨਾਂ ਦੇ ਤਰਲੇ ਪਾਉਂਦਾ ਰਿਹਾ ਪਾਗਲ ਹੋ ਗਿਆ ਸਾਂ ਮੈਂ ਉਹ ਮੈਂ ਕਹਿ ਰਹੀ ਸੀ ਆਫਰਿੰਗ ਚ ਕਹਿ ਰਹੇ ਸਨ ਕਿ ਮੈਂ ਇਹਦੇ ਨਾਲ ਐਂਟਰੀ ਨਹੀਂ ਕਰਨੀ ਬਦਤਮੀਜ਼ ਮੁੰਡਾ ਹੈ ਬਹੁਤ ਤੇ ਨਾ ਕਰਨ ਮੈਂ ਆਪ ਡਾਕਟਰ ਅਜਮਲ ਨੂੰ ਕਹਿਤਾ ਮੇਰਾ ਲੈਵਲ ਹੀ ਨਹੀਂ ਉਹ ਕਹਿੰਦੀ ਮੇਰਾ ਲੈਵਲ ਹੀ ਉਹਨੇ ਤੇਰੀ ਇੰਨੀ ਕੀਤੀ ਇੰਨੀ ਕੀਤੀ ਤੱਲੇ ਮੈਂ ਕਮੈਂਟਸ ਪੜੇ ਲੋਕਾਂ ਨੇ ਕਿਹਾ ਬਿਲਕੁਲ ਸਹੀ ਕੀਤੀ ਇਹਦੇ ਨਾਲ ਸਟਾਰੀਆਂ ਨੇ ਨਾ ਉਹ ਕਿਹੜੀ ਮਸਤਾਰੀਆਂ ਹੋ ਰਹੀਆਂ ਵਿੱਚੋਂ ਕਵਰ ਕਰ ਰਹੀਆਂ ਨੇ ਕਿ ਅਸੀਂ ਕਿਹੜਾ ਰਿਸ਼ਤਾ ਠੁਕਰਾਤਾ ਟੱਕੇ ਟੱਕੇ ਦੇ ਉੱਥੇ ਖੱਜਲ ਹੋ ਰਹੀਆਂ ਨੇ ਕੋ ਮੂੰਹ ਨਹੀਂ ਲਾ ਰਿਹਾ ਹੁਣ ਬਾਰ-ਬਾਰ ਮੇਰੇ ਆ ਲਾ ਰਹੀਆਂ ਨੇ ਰਾਤੀ ਆਫਰੀਨ ਪਰੀ ਮੇਰਾ ਸਿਰ ਘੁੱਟਦੀ ਰਹੀ ਤੇਰਾ ਮੇਰੀਆਂ ਮਿੰਤਾਂ ਕਰਦੀ ਰਹੀ ਮੇਰੇ ਮੋਢੇ ਘੁੱਟਦੀ ਰਹੀ ਏ ਵੇ ਮਰੇ ਮੈਂ ਬੈਕ ਸਟੇਜ ਵੇਖਣ ਦੀ ਸੀ ਚਪੇੜਾ ਮਾਰਨ ਦੀ ਸੀ ਤੈਨੂੰ ਕਹਿ ਕਰ ਦੇ ਓਏ ਉਹ ਐਂਟਰੀ ਹੈਗੀ ਸੀ ਡਰਾਮੇ ਦੀ ਅੱਛਾ
ਲੇਕਿਨ ਐਡੀ ਜ਼ੋਰ ਦੀ ਉਹਨੇ ਨਹੀਂ ਮਾਰੀ ਜਿੱਡੀ ਤੂੰ ਮਾਰੀ ਮੈਨੂੰ ਤੇਰੀਆਂ ਗੱਲਾਂ ਹਜ਼ਮ ਨਹੀਂ ਨਾ ਆਉਣੀਆਂ ਤੂੰ ਪਾਗਲ ਲੱਗ ਰਿਹਾ ਮੈਨੂੰ ਉਹ ਤੇਰਾ ਹਲੇ ਲੈਵਲ ਨਹੀਂ ਨਾ ਉਹ ਹੈਗਾ ਬਕਵਾਸ ਕਰ ਰਿਹਾ ਤੂੰ ਹਲੇ ਉਸ ਲੈਵਲ ਤੇ ਹੈਂਗ ਜਿਸ ਲੈਵਲ ਤੇ ਸਾਕੀ ਖਾਨ ਹਿੱਟ ਹੈਗਾ ਮਿਲੀਅਨ ਚ ਮੇਰੇ ਵਿਊਜ਼ ਨੇ ਐਂਡ ਸਬਸਕ੍ਰਾਈਬਰ 10-10,000 ਤੇ ਡੇਲੀ ਸਬਸਕ੍ਰਾਈਬਰ ਆ ਰਿਹਾ ਮੇਰਾ ਅੱਛਾ ਮੈਂ ਤਾਂ ਪਾਗਲ ਹੋ ਗਿਆ ਐਵੇਂ ਫਜ਼ੂਲ ਟਾਈਮ ਵੇਸਟ ਕੀਤਾ ਉਹਨਾਂ ਅੱਗੇ ਫਰਕ ਕਰਾਤੀਆਂ ਸਾਰੀਆਂ ਅੱਛਾ ਸਾਰੀਆਂ ਫਰਕ ਲੈਵਲ ਹੀ ਨਹੀਂ ਹੈਗਾ ਸਾਕੀ ਖਾਨ ਦਾ ਕਿੱਥੇ ਲੈਵਲ ਕਿੱਥੇ ਮੈਡਮ ਖੁਸ਼ਬੂ ਕਿੱਥੇ ਮੈਡਮ ਆਫਰੀਨ ਕਿੱਥੇ ਸ਼ੀਜ਼ਾ ਬੱਟ ਦੀਦਾਰ ਮੁਲਤਾਨੀ ਸਟੇਟਸ ਹੀ ਹੋਰ ਹੋ ਗਿਆ ਮੇਰਾ ਅੱਛਾ ਚੱਲ ਮੈਨੂੰ ਗੱਲ ਤੇ ਦੱਸ ਹਾਂ ਪੁੱਛ ਤੂੰ ਇਹ ਸਾਰੀਆਂ ਫਰਕ ਕਿਸ ਚੱਕਰ ਚ ਕਰਾਈਆਂ ਤੇਰੇ ਚੱਕਰ ਚ ਮੇਰੇ ਚੱਕਰ ਚ ਮੇਰੀ ਗੱਲ ਸੁਣ ਤੂੰ ਬਕਵਾਸ ਬੰਦ ਕਰ ਮੈਂ ਪ੍ਰਪੋਜ਼ ਕਰ ਰਿਹਾ ਤੈਨੂੰ ਉਹ ਪ੍ਰਪੋਜ਼ ਤੇਰੇ ਪਰ ਮੂੰਹ ਕੌਣ ਲੰਮਾ ਤਾਂ ਹੈਲੋ ਮੇਰੇ ਤੇ ਆਪਣਾ ਉਹ ਮੈਂ ਸਟਾਰ ਹੈ ਗੱਲਾਂ ਵਾਹੀ ਤੂੰ ਕਿਹੜਾ YouTube ਦਾ ਸਟਾਰ ਤੂੰ ਤੇ ਮੇਰਾ ਨਾਮ ਲਿਖ ਮਿਲੀਅਨ ਵਿਊਜ਼ ਆਉਂਦੇ ਨੇ ਮੈਂ ਚਪੇੜ ਮਾਰਨੀ ਤੇਰੇ ਤੋਂ ਤਾਂ ਲੈਵਲ ਹੀ ਕੁਛ ਨਹੀਂ ਹੈਗਾ ਉਹ ਤੇਰਾ ਮੈਂ ਤੁਹਾਨੂੰ ਪ੍ਰਪੋਜ਼ ਕਰਨ ਆ ਗਿਆ ਤੂੰ ਮੈਂ ਚੁੱਪ ਮੇਰੀ ਗੱਲ ਸੁਣ ਵੇ ਮੂੰਹ ਲਾਉਣ ਦੇ ਕਾਬਿਲ ਹੀ ਨਹੀਂ ਹੈ ਮੈਂ ਆਪਣਾ ਰੱਖ ਪਛਤਾਏਗੀ ਮੈਂ ਤੂੰ ਕੱਲ ਗੱਲੇ ਕਰ ਮੈਂ ਹੱਥ ਨੂੰ ਲੱਤ ਰੱਖ ਮੇਰੀ ਕੋਈ ਦੰਦ ਨਹੀਂ ਨਿਕਲ ਰਿਹਾ ਮੈਂ ਤੂੰ ਥੋੜ੍ਹ ਨਾ ਮਾਰ ਮੇਰੀ ਆਡੀਅੰਸ ਬਾਹਰ ਆ ਜਾਏਗੀ ਤੇਰੇ ਸਾਰੇ ਪ੍ਰਪੋਜ਼ ਕਰਨ ਦੇ ਆ ਤੈਨੂੰ ਬਾਹਰ ਨਿਕਲ ਨਾਮ ਨਾ ਬਈ ਮੇਰਾ ਨਾ ਗੱਲਾਂ ਵਹਾਈ ਮੈਨੂੰ ਪਾਗਲ ਵੀ ਨਹੀਂ ਹੁੰਦੀ ਤੂੰ ਪਾਗਲ ਬੇਵਕੂਫ ਮਾਰੀ ਮੈਂ ਸਟਾਰ ਚੱਲ ਜਾ ਚੱਲ ਬਾਹਰ ਹੱਥ ਨਾ ਲਾਈ ਮੈਨੂੰ ਮੈਂ ਕਰੋੜਾਂ ਦਾ ਆਦਮੀ ਆ ਪਲੀਜ਼ ਕਰਨੇ ਨੇ ਹੱਥ ਚੱਲ ਬਾਹਰ ਸਟਾਰ ਆਦਮੀ ਆ ਮੈਂ ਬਾਹਰ ਨਿਕਲ ਪਿਆਰ ਸੇ ਕਹੋ ਮੁਝੇ ਮੈਂ ਬਲਾ ਬੁਆ ਕਿਉਂ ਖੋਲਾ ਮੈਂ ਗਾਰਡ ਬੁਲਾ ਲੈਣਾ ਬੁਲਾ ਗਾਰਡ ਸਟਾਰਾਂ ਨੂੰ ਗਾਰਡ ਲੈ ਕੇ ਜਾਂਦੇ ਸਟਾਰ ਆਦਮੀ ਹੈ ਐਡਾ ਤੂੰ ਸਟਾਰ ਰਿਕੁਐਸਟ ਕਰੋ ਮੇਰੇ ਅੱਗੇ ਕਿਜੇ ਹੈਗਾ ਕਿਸੇ ਹੋਰ ਦਾ ਆ ਜਾਏ ਚੱਲ ਨਿਕਲ ਦਰਵਾਜ਼ਾ ਖੋਲ ਨਹੀਂ ਰਿਹਾ ਤਾਂ ਡਰਮ ਤੇ ਨਿਕਲ ਬਾਹਰ ਹੱਥ ਨਾ ਲਾਈ ਤਮੀਜ਼ ਉਂਗਲ ਥੱਲੇ ਕਰ ਫੁੱਕਣਾ ਮੈਂ ਤੇਰੇ ਕੈਬਨ ਚ ਮੈਂ ਅੱਜ ਤੋਂ ਬਾਅਦ ਫੜਦਾ ਹੀ ਨਹੀਂ ਮੈਂ ਮੂੰਹ ਤੱਕ ਫੁੱਕਦੇ ਨਹੀਂ ਕਿਆ ਹਾਲ ਆਦਮੀ ਯਾਦ ਰੱਖੀ ਤੂੰ ਕਿੰਨੂੰ ਨਾ ਕੀਤੀ ਏ ਯਾਦ ਰੱਖੀ ਤੈਨੂੰ ਬਾਅਦ ਚ ਤਰਲੇ ਪਾਣੇ ਨੇ ਤੂੰ ਮੇਰੇ ਚੱਲ ਦੇ ਬਾਹਰ ਪਾਣਾ ਤੇ ਨਹੀਂ ਪਾਣਾ ਤੈਨੂੰ ਓਵਰ ਨਾ ਆਇਆ ਕਰ ਤੇ ਖਬਰਦਾਰ ਮੇਰੇ ਕੈਬਨ ਚ ਆਏ ਤੋਂ ਬਾਅਦ ਆਇਆ ਖਬਰਦਾਰ ਮੇਰੇ ਪੈਰਾਂ 'ਚ ਬਹਿ ਕੇ ਮੈਨੂੰ ਮਨਾਇਆ ਤਰਲੇ ਪਾਉਂਦੀਆਂ ਬਾਅਦ ਚ ਪਹਿਲਾਂ ਮੂੰਹ ਨਹੀਂ ਲੱਗਦਾ ਤੁਸੀਂ ਉਂਗਲ ਤੋੜਦਾ ਨਹੀਂ ਮੈਂ ਤੇਰੀ ਚੱਲ ਬਾਹਰ ਜਾ ਕੰਮ ਕਰ ਆਪਣਾ ਹੋਰ ਨਿਕਲ ਬਾਹਰ